26 ਜਨਵਰੀ ਗਣਤੰਤਰਤਾ ਦਿਵਸ ਦੇ ਸੰਬੰਧ 'ਚ ਅੱਜ ਹੁਸ਼ਿਆਰਪੁਰ 'ਚ SSP ਸੁਰਿੰਦਰ ਲਾਂਬਾ ਵੱਲੋਂ ਪੁਲਿਸ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ, ਜੋ ਕਿ ਹੁਸ਼ਿਆਰਪੁਰ ਦੇ ਸਥਾਨਕ ਸੈਸ਼ਨ ਚੌਂਕ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਅਤੇ ਚੌਂਕਾਂ 'ਚ ਹੁੰਦਾ ਹੋਇਆ ਬੱਸ ਸਟੈਂਡ ਚੌਂਕ 'ਚ ਜਾ ਕੇ ਸਮਾਪਤ ਹੋਇਆ। ਮੀਡੀਆ ਨਾਲ ਗੱਲਬਾਤ ਦੌਰਾਨ SSP ਸੁਰਿੰਦਰ ਲਾਂਬਾ ਨੇ ਕਿਹਾ ਕਿ ਵਿਸ਼ੇਸ਼ ਦਿਨਾਂ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੇ ਯਤਨ ਕੀਤੇ ਜਾਂਦੇ ਨੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਲਈ ਅਤੇ ਆਮ ਲੋਕਾਂ ਨੂੰ ਸੁਰੱਖਿਆ ਮਹਿਸੂਸ ਕਰਵਾਉਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਭਰ 'ਚ ਪੁਲਿਸ ਵੱਲੋਂ 1400 ਤੋਂ ਵਧੇਰੇ ਮੁਲਾਜ਼ਮ ਅਤੇ ਅਫਸਰ ਤੈਨਾਤ ਕੀਤੇ ਗਏ ਨੇ ਅਤੇ ਰਾਤ ਸਮੇਂ ਵੀ ਹੁਸ਼ਿਆਰਪੁਰ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਅਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ। SSP ਲਾਂਬਾ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਦੈਵ ਵਚਨਬੱਧ ਹੈ ਅਤੇ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਕਈ ਫਲੈਗ ਮਾਰਚ ਕੱਢੇ ਜਾ ਚੁੱਕੇ ਨੇ। ਇਸ ਮੌਕੇ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਕੋਈ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਨਜ਼ਰ ਆਉਣ 'ਤੇ ਪੁਲਿਸ ਨੂੰ ਤੁਰੰਤ ਇਸ ਦੀ ਸੂਚਨਾ ਦੇਣ। ਇਸ ਦੌਰਾਨ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਵੀ ਸਖ਼ਤ ਲਹਿਜ਼ੇ 'ਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਮਾਹੌਲ ਖਰਾਬ ਕਰਦਾ ਕਾਬੂ ਹੁੰਦਾ ਤਾਂ ਉਸਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜੀ, 26 ਜਨਵਰੀ ਦੀ ਤਿਆਰੀਆਂ ਦੇ ਸੰਬੰਧ ਵਿੱਚ ਵੱਖ ਵੱਖ ਸਿਕਿਉਰਿਟੀ ਮੇਜਰਸ ਜਿਹੜੇ ਹੈਗੇ ਉਹ ਹੁਸ਼ਿਆਰਪੁਰ ਪੁਲਿਸ ਵੱਲੋਂ ਲਿੱਤੇ ਜਾ ਰਹੇ ਹਨ। ਉਹਦੇ ਸੰਬੰਧ 'ਚ ਹੀ ਜਿਹੜਾ ਹੈਗਾ ਉਹ ਪਰਸੋਂ ਵੀ ਅਸੀਂ ਫਲੈਗ ਮਾਰਚ ਕੱਢਿਆ ਸੀਗਾ ਸ਼ਹਿਰ ਪੂਰੇ ਜ਼ਿਲ੍ਹੇ 'ਚ, ਜਿਹੜਾ ਹੈਗਾ ਸਬ ਡਿਵੀਜ਼ਨ ਲੈਵਲ 'ਤੇ, ਪੁਲਿਸ ਸਟੇਸ਼ਨ ਲੈਵਲ 'ਤੇ, ਜ਼ਿਲ੍ਹਾ ਲੈਵਲ 'ਤੇ, ਅਤੇ ਅੱਜ ਵੀ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਗਿਆ ਹੈਗਾ। ਅਤੇ ਫਲੈਗ ਮਾਰਚ ਦਾ ਜਿਹੜਾ ਮਕਸਦ ਹੈਗਾ ਸਾਡਾ ਉਹ ਹੈਗਾ ਕਿ ਇੱਕ ਤੋਂ ਲੋਕਾਂ 'ਚ ਕੌਨਫੀਡੈਂਸ ਬਿਲਡਿੰਗ ਹੁੰਦੀ ਹੈਗੀ ਜਦੋਂ ਪੁਲਿਸ ਦੀ ਵਿਜੀਬਿਲਿਟੀ ਹੁੰਦੀ ਹੈਗੀ ਲੋਕਾਂ ਨੂੰ। ਇੱਕ ਜਦੋਂ ਵੀ ਕੋਈ ਇੰਪੋਰਟੈਂਟ ਦਿਹਾੜਾ ਆਉਂਦਾ ਹੈਗਾ ਥੋੜ੍ਹੇ ਜਿਹੇ ਲੋਕਾਂ ਦੇ ਮਨ 'ਚ ਰਹਿੰਦਾ ਹੈਗਾ ਕੋਈ ਸ਼ਰਾਰਤੀ ਬੰਦਾ ਸ਼ਰਾਰਤ ਕਰ ਸਕਦਾ ਹੈਗਾ ਜਾਂ ਔਰ, ਅਤੇ ਕੁਛ ਥਾਵਾਂ 'ਤੇ ਸ਼ਰਾਰਤੀ ਬੰਦੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਵੀ ਹੈਗੇ। ਅਤੇ ਉਹਦੇ ਸੰਬੰਧ 'ਚ ਜਿਹੜਾ ਹੈਗਾ ਉਹ ਹੈਗਾ ਕਿ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਰੂਪ 'ਚ ਅਸੀਂ ਫਲੈਗ ਮਾਰਚ ਅੱਜ ਇੱਥੇ ਕੱਢ ਰਹੇ ਹਾਂ, ਜਿਹਦਾ ਹੈੱਡਕੁਆਟਰ, ਜ਼ਿਲ੍ਹਾ ਹੈੱਡਕੁਆਟਰ 'ਚ ਮੇਰੇ ਨਾਲ SP ਹੈੱਡਕੁਆਟਰ ਮੈਡਮ ਅਤੇ DSP ਸਿਟੀ ਹੈਗੇ ਅਤੇ ਨਾਲ SHO ਜੀ ਹੈਗੇ। ਇਸੇ ਤਰੀਕੇ ਨਾਲ ਬਾਕੀ ਤਿੰਨੋਂ SPs ਵੀ ਜਿਹੜੇ ਹੈਗੇ ਉਹ ਵੱਖ ਵੱਖ ਸਬ ਡਿਵੀਜ਼ਨਸ 'ਤੇ ਜਿਹੜੇ ਜਾ ਕੇ ਉਹ ਸੰਬੰਧਿਤ DSP ਸਬ ਡਿਵੀਜ਼ਨ ਦੇ ਨਾਲ SHO ਦੇ ਨਾਲ ਉੱਥੇ ਵੀ ਫਲੈਗ ਮਾਰਚਸ ਕੱਢ ਰਹੇ ਹੈਗੇ। ਸਾਡਾ ਜਿਹੜਾ ਹੈਗਾ ਲੋਕਾਂ ਨੂੰ ਸੁਣਿਆ ਹੈਗਾ ਕਿ ਅਸੀਂ ਸਤਰਕ ਹੈਗੇ ਅਤੇ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਤੈਨਾਤ ਹੈਗੇ ਅਤੇ ਤੁਸੀਂ ਬੇਫਿਕਰ ਰਹੋ, ਕਿਸੇ ਵੀ ਚਿੰਤਾ ਕਿਸੇ ਵੀ ਚੀਜ਼ ਬਾਰੇ ਸਿਕਿਉਰਿਟੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ। ਜਿਹੜੇ ਟ੍ਰਬਲ ਕ੍ਰੀਏਟਰਸ ਹੈਗੇ, ਸ਼ਰਾਰਤੀ ਤੱਤਵ ਹੈਗੇ, ਉਹਨਾਂ ਨੂੰ ਸਾਡਾ ਸੁਣਿਆ ਹੈਗਾ ਕਿ ਅਸੀਂ ਸਤਰਕ ਹੈਗੇ ਅਤੇ ਜੇਕਰ ਕੋਈ ਲੋਅ ਐਂਡ ਆਰਡਰ ਖਰਾਬ ਕਰਨ ਦੀ ਜਾਂ ਕੋਈ ਕ੍ਰਿਮੀਨਲ ਐਕਟੀਵਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇਗਾ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗੇ। ਸਰ, ਅਕਸਰ ਆਪਾਂ ਵੇਖਦੇ ਹਾਂ ਕਿ ਜਦੋਂ 26 ਜਨਵਰੀ ਹੁੰਦਾ ਹੈ ਜਾਂ 15 ਅਗਸਤ ਦਾ ਦਿਹਾੜਾ ਹੁੰਦਾ ਹੈ ਤਾਂ ਉਸ ਵਕਤ ਜਿਹੜਾ ਅਲਰਟ ਜਾਰੀ ਕਰ ਦਿੱਤਾ ਜਾਂਦਾ, ਹਾਈ ਅਲਰਟ ਰੈੱਡ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਸਪੈਸ਼ਲ ਫੋਰਸਾਂ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਰਾਤ ਸਮੇਂ ਕੀ ਸਪੈਸ਼ਲ ਫੋਰਸਾਂ ਦੀ ਸਰ ਤਿਆਰੀ ਕੀਤੀ ਗਈ? ਦੇਖੋ, ਰਾਤ ਦੇ ਸਮੇਂ ਜਿਹੜਾ ਹੈਗਾ ਸਾਡੇ 200 ਮੁਲਾਜ਼ਮ ਪਲੱਸ 2 DSPs ਤੇ ਨਾਲ 5 ਇੰਸਪੈਕਟਰ ਜਾਂ SHO ਜਿਹੜੇ ਹੈਗੇ ਉਹ ਰਾਤ ਦੇ ਸਮੇਂ ਗਸ਼ਤ ਤੇ ਹੋਣਗੇ ਤੇ ਇਸ ਦੇ ਨਾਲ ਜਿਹੜੇ 200 ਮੁਲਾਜ਼ਮਾਂ ਦੇ ਨਾਲ ਅਸੀਂ 25 ਨਾਕਾਜ ਪੂਰੇ ਜ਼ਿਲ੍ਹੇ 'ਚ ਇੰਟਰ ਸਟੇਟ ਇੰਟਰ ਡਿਸਟ੍ਰਿਕਟ ਦੇ ਨਾਲ ਸਿਟੀ ਸੀਲਿੰਗ ਨਾਕਾਜ ਰਾਤ ਦੇ ਸਮੇਂ ਲਾਵਾਂਗੇ ਜਿਹੜੇ ਅਸੀਂ ਪਿਛਲੇ 1 ਹਫ਼ਤੇ ਤੋਂ ਲੱਗ ਰਹੇ ਹੈਗੇ ਸਾਡੇ। ਅਤੇ ਰਾਤ ਦੇ ਸਮੇਂ ਵੀ ਸੁਰੱਖਿਆ ਵਿਵਸਥਾ ਪੂਰੀ ਚਾਕ ਚੌਬੰਦ ਰਹਿੰਦੀ ਹੈਗੀ ਰਹੇਗੀ ਅਤੇ ਦਿਨ ਦੇ ਸਮੇਂ ਵੀ ਜਿਹੜੇ ਹੈਗੇ ਨਾਕਾਬੰਦੀ ਹੋਟਲਾਂ ਸਰਾਵਾਂ ਦੀ ਚੈਕਿੰਗ, ਸ਼ੱਕੀ ਲੋਕਾਂ ਦੀ ਚੈਕਿੰਗ, ਅਲੱਗ ਅਲੱਗ ਥਾਵਾਂ 'ਤੇ ਸਰਪ੍ਰਾਈਜ਼ ਕੋਰਡਨ ਐਂਡ ਸਰਚ ਓਪਰੇਸ਼ਨ ਜਿਹੜਾ ਹੈਗਾ, ਜਿਹੜੇ ਕ੍ਰਿਮੀਨਲ ਬੈਕਗਰਾਊਂਡ ਦੇ ਲੋਕ ਹੈਗੇ ਉਹਨਾਂ ਦੀ ਵੈਰੀਫਿਕੇਸ਼ਨਸ, ਉਹਨਾਂ ਦੇ ਜਿਹੜਾ ਹੈਗਾ ਉਹ ਐਕਟੀਵਿਟੀਜ਼ 'ਤੇ ਨਜ਼ਰ,
ਫਲੈਗ ਮਾਰਚਿਸ ਤੇ ਸਾਰੀ ਐਕਟੀਵਿਟੀ ਜਿਹੜੀ ਹੈਗੀ ਐਜ਼ ਅ ਪ੍ਰੀਵੈਂਟਿਵ ਮੇਜਰਸ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸਰ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਟੋਟਲ ਕਿੰਨੇ ਮੁਲਾਜ਼ਮਾਂ ਦੀ ਜਿਹੜੀ ਨਫਰੀ ਹੈ ਤੈਨਾਤ ਕੀਤੀ ਗਈ ਹੈ? ਜਿਹੜਾ ਪੂਰਾ ਕੱਲ ਦਾ ਪੂਰਾ ਪ੍ਰੋਗਰਾਮ ਹੋਏਗਾ ਉਹਦੇ 'ਚ ਇੱਕ ਰਾਤ ਤੋਂ ਲੈ ਕੇ ਕੱਲ੍ਹ ਪੂਰੇ ਸ਼ਾਮ ਤੱਕ ਜਿਹੜਾ ਹੈਗਾ ਅਤੇ ਕੱਲ੍ਹ ਈਵਨ ਕੱਲ੍ਹ ਰਾਤ ਨੂੰ ਵੀ ਜਿਹੜਾ ਟੋਟਲ ਮੁਲਾਜ਼ਮ ਜਿਹੜੇ ਹੈਗੇ ਉਹ ਅਸੀਂ 1400 ਤੋਂ ਜ਼ਿਆਦਾ ਮੁਲਾਜ਼ਮ ਲਾਵਾਂਗੇ। ਕੱਲ੍ਹ ਦਿਨ ਵਾਸਤੇ ਜਿਹੜੇ ਹੈਗੇ ਉਹ 1200 ਦੇ ਆਸ ਪਾਸ ਜਿਹੜਾ ਹੈਗਾ ਮੁਲਾਜ਼ਮ ਅਸੀਂ ਡਿਪਲੋਏ ਕਰਦੇ ਹਾਂ ਤੇ ਰਾਤ ਨੂੰ ਡਿਊਟੀਆਂ ਔਰ ਵੱਖਰੀ ਪੈਟਰੋਲਿੰਗ ਪਾਰਟੀਆਂ ਉਹ ਸਾਰੀ ਵੱਖਰੀ ਡਿਊਟੀ। ਸਰ ਗਣਤੰਤਰ ਦਿਵਸ ਤੇ ਜਿਹੜੀ ਸਿਕਿਉਰਿਟੀ ਪੂਰੀ ਤਰ੍ਹਾਂ ਟਾਈਟ ਹੈ ਪਰ ਫਿਰ ਵੀ ਹੁਣ ਦੇਖਿਆ ਗਿਆ ਕਿ ਮੈਮੋ ਹਾਲ ਬਿਲਕੁਲ ਬੇਖੌਫ ਹੋ ਕੇ ਜਿਹੜੀਆਂ ਚੋਰੀਆਂ 2-3 ਦੁਕਾਨਾਂ ਨੂੰ ਕੀਤੀਆਂ ਗਈਆਂ ਪਰ ਵੱਡੇ ਵਾਹਨ ਤੇ ਉਹ ਲੋਡ ਕਰਕੇ ਗਏ ਆ, ਕਿਤੇ ਨਾ ਕਿਤੇ ਕਮੀ ਨਹੀਂ ਦਿਖਾਈ? ਨਹੀਂ, ਕਿੱਥੇ ਚੋਰੀ ਹੋਈ ਹੈ? ਇਹ ਮੈਮੋ ਵਾਲ ਦੁਕਾਨਾਂ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਟਾਰਗੇਟ ਬਣਾਇਆ ਉਹਨੇ, ਤਿੰਨ ਦੁਕਾਨਾਂ ਚਾਰ ਦੁਕਾਨਾਂ। ਰੀਸੈਂਟਲੀ ਜਿਹੜਾ ਇੱਕ ਚੋਰੀ ਦਾ ਇੰਸੀਡੈਂਟ ਹੋਇਆ ਸੀਗਾ ਹਰਿਆਣੇ, ਜਿੱਥੇ ਇੱਕ ਕਿਰਾਣਾ ਸਟੋਰ ਤੇ ਚੋਰੀ ਕੀਤੀ ਗਈ ਸੀਗੀ, ਉਹ ਸਾਡੀ ਟੀਮ ਨੇ ਜਿਹੜਾ ਹੈਗਾ ਤੁਰੰਤ ਜਿਹੜਾ ਉਹਨੂੰ ਕਾਰਵਾਈ ਕਰਦੇ ਉਹ ਪਿਕਅਪ ਤੇ ਉਹਦਾ ਡਰਾਈਵਰ ਫੜ ਲਏ ਸੀਗੇ। ਆਹ ਜਿਹੜੀ ਚੋਰੀ ਤੁਸੀਂ ਦੱਸ ਰਹੇ ਹੋ ਮੇਟਿਆਣੇ ਵਾਲੀ, ਇਹਦੇ 'ਚ ਵੀ ਸਾਡੀ ਟੀਮ ਲੱਗੀ ਹੋਈ ਹੈਗੀ ਤੇ ਆਊਟਰ ਏਰੀਆ 'ਚ ਤੇ ਆਹ ਜਿਹੜਾ ਹੈਗਾ ਇਹਨੂੰ ਆਹ ਨਹੀਂ ਕਹਿ ਸਕਦੇ ਕਿ ਵੀ ਜੀ ਕੋਈ ਚੋਰੀ ਦੀ ਘਟਨਾ ਨਹੀਂ ਹੋ ਸਕਦੀ ਹੈਗੀ, ਬਟ ਸਾਡੀ ਟੀਮਾਂ ਸਤਰਕ ਹੈਗੀਆਂ ਤੇ ਜਿਹੜੇ ਇੰਸੀਡੈਂਟ ਪ੍ਰੀਵੈਂਟ ਹੁੰਦੇ, ਜਿੰਨੀ ਚੋਰੀਆਂ ਨਹੀਂ ਹੁੰਦੀ ਪੁਲਿਸ ਦੀ ਸਤਰਕਤਾ ਕਰਕੇ ਉਹਦਾ ਕੋਈ ਖਾਤਾ ਨਹੀਂ ਹੁੰਦਾ ਤੇ ਇਸ ਕਰਕੇ ਜਿਹੜਾ ਹੈਗਾ ਪ੍ਰੀਵੈਂਟਿਵ ਸਾਡਾ ਚੱਲ ਰਿਹਾ ਹੈਗਾ। ਫਿਰ ਵੀ ਜਿੱਥੇ ਇੰਸੀਡੈਂਟ ਅਕਰ ਹੁੰਦਾ ਹੈਗਾ ਸਾਡੀ ਟੀਮ ਜਿਹੜੀ ਹੈਗੀ ਉਹਨਾਂ ਨੂੰ ਟਰੇਸ ਕਰਨਗੀਆਂ, ਅਸੀਂ ਪਰਚੇ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਉਹਨਾਂ 'ਤੇ। ਥੈਂਕ ਯੂ।